ਵਿਦਿਆਰਥੀਆਂ ਦੇ ਨਾਲ ਭਰੇ ਇੱਕ ਈ ਰਿਕਸ਼ੇ ਦੀ ਖੰਭੇ ਦੇ ਨਾਲ ਟੱਕਰ ਹੋਈ ਹੈ। ਦੱਸਦੀ ਹੈ ਕਿ ਜਿਸ ਦੇ ਵਿੱਚ ਈ ਰਿਕਸ਼ਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਕਰੀਬ 2 ਵਿਦਿਆਰਥੀਆਂ ਦੇ ਗੰਭੀਰ ਸੱਟਾਂ ਆਈਆਂ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਅੱਜ ਸਵੇਰੇ ਤੜਕਸਾਰ ਕਿਹਾ ਜਾ ਰਿਹਾ ਕਿ ਇਹ ਹਾਦਸਾ ਵਾਪਰਿਆ ਜਦੋਂ ਵਿਦਿਆਰਥੀ ਤਿਆਰ ਹੋ ਕੇ ਸਕੂਲ ਦੇ ਲਈ ਰਵਾਨਾ ਹੋਏ ਸੀ ਤੇ ਈ ਰਿਕਸ਼ੇ ਦੇ ਵਿੱਚ ਸਵਾਰ ਹੋ ਕੇ ਉਹ ਆਪਣੇ ਸਕੂਲ ਜਾ ਰਹੇ ਸੀ। ਦੱਸ ਦਈਏ ਕਿ ਈ ਰਿਕਸ਼ੇ ਦੀ ਸਿੱਧੀ ਟੱਕਰ ਬਿਜਲੀ ਵਾਲੇ ਖੰਭੇ ਦੇ ਨਾਲ ਜਾ ਕੇ ਹੋ ਜਾਂਦੀ ਹੈ। ਹਾਲਾਂਕਿ ਹਾਦਸਾ ਕਿਵੇਂ ਵਾਪਰਿਆ ਇਸ ਨੂੰ ਲੈ ਕੇ ਹੁਣ ਲਗਾਤਾਰ ਜਾਂਚ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਕਿਹਾ ਜਾ ਰਿਹਾ ਕਿ ਇਸ ਈ ਰਿਕਸ਼ੇ ਦੇ ਵਿੱਚ 4 ਦੇ ਕਰੀਬ ਵਿਦਿਆਰਥੀ ਸਵਾਰ ਸਨ। ਹਾਲਾਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ 2 ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅਤੇ ਦੂਜੇ ਪਾਸੇ ਹੁਣ ਚਾਲਕ ਦੀ ਚਲਾਈ ਦੇ ਉੱਤੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਆਖਰ ਚਾਲਕ ਕਿਸ ਤਰੀਕੇ ਦੇ ਨਾਲ ਇਸ ਨੂੰ ਚਲਾ ਰਿਹਾ ਸੀ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਈ ਰਿਕਸ਼ੇ ਦੀ ਤਾਂ ਈ ਰਿਕਸ਼ੇ ਦੀ ਕੋਈ ਬਹੁਤੀ ਸਪੀਡ ਨਹੀਂ ਹੁੰਦੀ ਕਿ ਕਿਹਾ ਜਾ ਸਕਦਾ ਕਿ ਉਹ ਜਲਦੀ ਹੀ ਬੇਕਾਬੂ ਹੋ ਜਾਵੇ। ਤਾਂ ਦੱਸ ਦਈਏ ਕਿ ਇਹ ਬੇਕਾਬੂ ਹੋਇਆ ਕਿਵੇਂ ਹੈ, ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣਦਾ, ਕਿਉਂਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੀ ਤਾਂ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਇੱਕ ਸਕੂਲ ਦੀ ਬੱਸ ਪਲਟੀ ਸੀ, ਜਿਸ ਦੇ ਵਿੱਚ 6 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਸੀ। ਹਾਲਾਂਕਿ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਉਸ ਦੇ ਵਿੱਚ ਡਰਾਈਵਰ ਦੀ ਲਾਪਰਵਾਹੀ ਵੀ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਹੁਣ ਡਰਾਈਵਰ ਦੇ ਉੱਤੇ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪਰ ਦੱਸ ਦਈਏ ਕਿ ਇਹ ਮਾਮਲਾ ਜਲੰਧਰ ਤੋਂ ਆਇਆ, ਜਿੱਥੇ ਇੱਕ ਈ ਰਿਕਸ਼ੇ ਦੇ ਵਿੱਚ ਸਵਾਰ ਵਿਦਿਆਰਥੀਆਂ ਦੀ ਟੱਕਰ ਜੋ ਹੈ ਇੱਕ ਬਿਜਲੀ ਦੇ ਖੰਭੇ ਦੇ ਨਾਲ ਹੋ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਈ ਰਿਕਸ਼ਾ ਵੀ ਬੇਕਾਬੂ ਹੋਇਆ, ਪਰ ਕਿਉਂਕਿ ਗੱਲ ਕੀਤੀ ਜਾਵੇ ਤਾਂ ਈ ਰਿਕਸ਼ੇ ਦੀ ਬਹੁਤੀ ਸਪੀਡ ਨਹੀਂ ਹੁੰਦੀ, ਜਿਸ ਕਰਕੇ ਇਸਨੂੰ ਨਹੀਂ ਕਿਹਾ ਜਾ ਸਕਦਾ ਕਿ ਇਹ ਬਹੁਤ ਜਲਦੀ ਬੇਕਾਬੂ ਹੋ ਸਕਦਾ। ਹਾਲਾਂਕਿ ਜੇਕਰ ਬੇਕਾਬੂ ਹੋਇਆ ਵੀ ਹੈ ਤਾਂ ਉਹ ਜਾਂਚ ਦਾ ਵਿਸ਼ਾ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਅੱਜ ਸਵੇਰੇ ਤੜਕੇ ਇਹ ਹਾਦਸਾ ਵਾਪਰਿਆ, ਵਿਦਿਆਰਥੀਆਂ ਦੇ ਨਾਲ ਭਰੇ ਇੱਕ ਈ ਰਿਕਸ਼ੇ ਦੀ ਟੱਕਰ ਬਿਜਲੀ ਦੇ ਖੰਭੇ ਦੇ ਨਾਲ ਹੁੰਦੀ ਹੈ। 4 ਵਿਦਿਆਰਥੀ ਇਸ ਈ ਰਿਕਸ਼ੇ 'ਚ ਸਵਾਰ ਹੁੰਦੇ ਨੇ ਅਤੇ 2 ਦੇ ਗੰਭੀਰ ਸੱਟਾਂ ਲੱਗੀਆਂ ਨੇ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਈ ਰਿਕਸ਼ੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਖੰਭੇ ਦੇ ਨਾਲ ਟਕਰਾਇਆ ਹੋਇਆ ਅਤੇ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਭੰਨਿਆ ਗਿਆ। ਪਰ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਰ ਇਹ ਹਾਦਸਾ ਹੋਇਆ ਕਿਵੇਂ ਹੈ।